विशेष अपडेट दे विच सब तो वड्डी खबर सामने आ रही है राहुल गांधी नू लेके। कहा जा रहा है कि राहुल गांधी ने माफीनामा जिहड़ा पत्र दिता सीगा कोर्ट नू नामहानी केस दे विच उसनू रद्द कर दिता गया है। तो हुण आपां हरविंदर जी दे नाल जुड़दे हां, साडे सीनियर पत्रकार दे नाल गलबात करदे हां, जानदे हां कि उत्थे की कुछ हो रहा है। हैलो, हां जी शनि जी। हां जी हरविंदर जी, आवाज आ रही है? हां जी आ रही है जी, आ रही है। हां जी हरविंदर जी, राहुल गांधी दे केस दे विच की कुछ चल रहा है उत्थे? विशानी जी, राहुल गांधी दे उपर गुजरात दी सैशन कोर्ट दे विच मोदी साहब ने उन्हूं लैके ना इक पटीशन पाई गई सी, जिहदे विच केस दी सुनवाई करदे सैशन कोर्ट ने उन्हां नूं 2 साल दी सजा दित्ती। हरविंदर जी की कारण रहे आ, मतलब मैं सुनिया है कि जिहड़ी सजा सीगी दित्ती सीगी उहदे लई उन्हां ने माफीनामा पत्र दित्ता सीगा, पर लेकिन उह रद्द कर दित्ता गया आ। ਹਾਂਜੀ ਹਾਂਜੀ, ਉਹ ਕੋਰਟ ਵੱਲੋਂ ਨਿਸ਼ਾਨੀ ਜੀ ਰੱਦ ਕਰ ਦਿੱਤੀ ਗਈ ਹੈ, ਔਰ ਇਹ ਰਾਹੁਲ ਗਾਂਧੀ ਵਾਸਤੇ ਇੱਕ ਨਵੀਂ ਜਿਹੜੀ ਹੈਗੀ ਆ ਉਹ ਮੁਸੀਬਤ ਸਾਹਮਣੇ ਆਈ ਹੈਗੀ ਹੈ, ਔਰ ਜਿਹਦੀ ਵਜ੍ਹਾ ਕਰਕੇ ਉਹਨਾਂ ਦੀਆਂ ਸ਼ਾਇਦ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਸਕਦਾ ਹੈਗਾ। ਗੁਜਰਾਤ ਦੇ ਸੈਸ਼ਨ ਕੋਰਟ ਦੇ ਵਿੱਚ ਉਹਨਾਂ ਨੇ ਇੱਕ ਪਟੀਸ਼ਨ ਪਾਈ ਸੀਗੀ ਕਿ ਜਿਹੜੀ ਉਹਨਾਂ ਨੂੰ 2 ਸਾਲ ਦੀ ਸਜ਼ਾ ਕੋਰਟ ਵੱਲੋਂ ਸੁਣਾਈ ਗਈ ਹੈਗੀ ਆ ਉਸਨੂੰ ਮਾਫ਼ ਕਰ ਦਿੱਤਾ ਜਾਵੇ, ਪਰ ਇਸ ਦੇ ਨਾਲ ਹੀ ਸਜ਼ਾ ਸੁਣਾਉਣ ਦੇ ਨਾਲ ਹੀ ਰਾਹੁਲ ਗਾਂਧੀ ਜਿਹੜੇ ਲੋਕ ਸਭਾ ਦੀ ਮੈਂਬਰਸ਼ਿਪ ਸੀਗੀ ਉਹ ਵੀ ਜਿਹੜੀ ਸੀ ਉਹ ਰੱਦ ਹੋ ਗਈ ਸੀ, ਔਰ ਲੋਕ ਸਭਾ ਜਿਹੜੀ ਰਿਹਾਇਸ਼ ਕਮੇਟੀ ਹੈਗੀ ਆ ਉਹਦੇ ਵੱਲੋਂ ਜਿਹੜਾ ਉਹਨਾਂ ਦਾ ਇੱਕ ਸਰਕਾਰੀ ਰਿਹਾਇਸ਼ ਸੀਗੀ ਉਹ ਵੀ ਜਿਹੜੀ ਉਹਨਾਂ ਨੂੰ ਖਾਲੀ ਕਰਨੀ ਪਈ, ਔਰ ਇਸ ਸਮੇਂ ਰਾਹੁਲ ਗਾਂਧੀ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ, ਔਰ ਜਿਹੜੀ ਉਹਨਾਂ ਦੀ ਕਾਂਗਰਸ ਹਾਈਕਮਾਨ ਹੈਗੀ ਔਰ ਜਿਹੜਾ ਕਾਂਗਰਸ ਜਿਹੜਾ ਉਹਨਾਂ ਦਾ ਸਾਰਾ ਸਿਸਟਮ ਹੈਗਾ ਕਾਂਗਰਸ ਦਾ ਜਿੰਨਾ ਵੀ ਉਹਦੇ ਵਿੱਚ ਵੀ ਇਸ ਟਾਈਮ ਜਿਹੜੀ ਉਹ ਹਲਚਲ ਜਿਹੜੀ ਆ ਪੈਦਾ ਹੋਈ ਪਈ ਆ। ਹਰਵਿੰਦਰ ਜੀ, ਮਤਲਬ ਕੀ ਕਾਰਨ ਰਹੇ ਆ ਕਿ ਕੋਰਟ ਦੇ ਵੱਲੋਂ ਇਹ ਪੱਤਰ ਜਿਹੜਾ ਮਾਫੀਨਾਮਾ ਪੱਤਰ ਰੱਦ ਕਰ ਦਿੱਤਾ ਗਿਆ ਹੈ? ਵਿਸ਼ਾਨੀ ਜੀ ਦੇਖੋ, ਕਾਰਨ ਤੇ ਸਪਸ਼ਟ ਨਹੀਂ ਹੋਏ ਕਿ ਕੋਰਟ ਨੇ ਕਿਉਂ ਕੀਤਾ ਹੈਗਾ, ਲੇਕਿਨ ਜਿਹੜੀ ਪਟੀਸ਼ਨ ਉਹਨਾਂ ਨੇ ਦਾਇਰ ਕੀਤੀ ਸੀਗੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਹੈਗਾ, ਔਰ ਰਾਹੁਲ ਗਾਂਧੀ ਦੀ ਅੱਜ ਸੁਣਵਾਈ ਵੀ ਸੀਗੀ ਉੱਥੇ ਗੁਜਰਾਤ ਸੈਸ਼ਨ ਕੋਰਟ ਦੇ ਵਿੱਚ, ਜਿਹੜੀ ਪਟੀਸ਼ਨ ਉਹਨਾਂ ਨੇ ਪਾਈ ਸੀ ਮਾਫੀਨਾਮੇ ਵਾਸਤੇ ਤੇ ਉਹ ਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਹੈ। ਹਰਵਿੰਦਰ ਜੀ, ਤੇ ਸਜ਼ਾ ਦੇ ਬਾਰੇ ਮਤਲਬ ਕੀ ਅਪਡੇਟ ਆ, ਕਿੰਨੇ ਕੁ ਸਾਲ ਦੀ ਉਹਨਾਂ ਨੂੰ ਸਜ਼ਾ ਹੋ ਰਹੀ ਹੈ, ਜੁਰਮਾਨਾ ਵੀ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ, ਸਜ਼ਾ ਨੂੰ ਕਿਸ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ? ਹਾਂਜੀ ਵਿਸ਼ਾਲੀ ਜੀ, ਸਜ਼ਾ ਸੀਗੀ ਜਿਹੜੀ 2 ਸਾਲ ਦੀ ਕੋਰਟ ਵੱਲੋਂ ਸੁਣਾਈ ਗਈ ਸੀਗੀ, ਔਰ ਹੁਣ ਸ਼ਾਇਦ ਕਾਂਗਰਸ ਹਾਈਕਮਾਨ ਜਿਹੜੀ ਹੈਗੀ ਆ ਜਾਂ ਜਿਹੜੀ ਕਾਂਗਰਸ ਪਾਰਟੀ ਹੈਗੀ ਹੈ ਉਹਨਾਂ ਦੀ ਜਿਹੜੀ ਲੀਗਲ ਸੈੱਲ ਜਿਹੜਾ ਹੈਗਾ ਕਾਂਗਰਸ ਹਾਈਕਮਾਨ ਦਾ, ਹੁਣ ਉਹ ਇਸ ਪਟੀਸ਼ਨ ਦੇ ਅਗੇਂਸਟ ਹਾਈਕੋਰਟ ਦੇ ਵਿੱਚ ਦੁਬਾਰਾ ਜਿਹੜੀ ਹੈਗੀ ਉਹ ਪਟੀਸ਼ਨ ਪਾਉਣਗੇ, ਔਰ ਫਿਰ ਦੇਖਦੇ ਹਾਂ ਕਿ ਹਾਈਕੋਰਟ ਵੱਲੋਂ ਕੀ ਫੈਸਲਾ ਆਉਂਦਾ ਹੈ। ਫਿਲਹਾਲ ਅਜੇ ਜੋ ਅਪਡੇਟ ਇਹੀ ਹੈਗਾ ਆ ਕਿ ਸੈਸ਼ਨ ਕੋਰਟ ਨੇ ਜਿਹੜੀ 2 ਸਾਲ ਦੀ ਸਜ਼ਾ ਸੁਣਾਈ ਸੀ ਔਰ ਉਹਦੇ ਖਿਲਾਫ਼ ਰਾਹੁਲ ਗਾਂਧੀ ਵੱਲੋਂ ਪਟੀਸ਼ਨ ਪਾਈ ਗਈ ਸੀਗੀ ਸਜ਼ਾ ਨੂੰ ਮਾਫ਼ੀ ਵਾਸਤੇ, ਔਰ ਉਹ ਸੈਸ਼ਨ ਕੋਰਟ ਨੇ ਰੱਦ ਕਰ ਦਿੱਤੀ ਹੈ। ਅਜੇ ਤੱਕ ਤਾਂ ਇਹੀ ਜਿਹੜੀ ਹੈਗੀ ਆ ਉਹ ਅਪਡੇਟ ਆ ਰਹੀ ਹੈਗੀ ਆ। ਬਾਕੀ ਅੱਗੇ ਇਹ ਵੀ ਖ਼ਬਰ ਆ ਰਹੀ ਸੀਗੀ ਕਿ ਕਾਂਗਰਸ ਹਾਈਕਮਾਨ ਵੱਲੋਂ ਇਸ ਸਜ਼ਾ ਦੇ ਖਿਲਾਫ਼, ਇਸ ਜਿਹੜਾ ਅਦਾਲਤ ਦਾ ਜਿਹੜਾ ਸੈਸ਼ਨ ਕੋਰਟ ਦਾ ਫੈਸਲਾ ਸੀਗਾ ਉਹਦੇ ਖਿਲਾਫ਼ ਹਾਈਕੋਰਟ ਦੇ ਵਿੱਚ ਦੁਬਾਰਾ ਉਹ ਪਟੀਸ਼ਨ ਪਾਉਣਗੇ। ਓਕੇ ਹਰਵਿੰਦਰ ਜੀ, ਇਸ ਤੋਂ ਇਲਾਵਾ ਕੋਈ ਹੋਰ ਅਪਡੇਟ ਰਾਹੁਲ ਗਾਂਧੀ ਦੇ ਕੇਸ ਦੇ ਵਿੱਚ? ਹਾਂਜੀ, ਲਗਾਤਾਰ ਅਸੀਂ ਬਣੇ ਹੋਏ ਹਾਂ ਜੀ, ਦੇਖਦੇ ਹਾਂ ਕਿ ਹੋਰ ਕੀ ਅਪਡੇਟ ਆਉਂਦਾ ਹੈਗਾ। ਫਿਲਹਾਲ ਅਜੇ ਇਹੀ ਅਪਡੇਟ ਹੈਗਾ ਕਿ ਉਹਨਾਂ ਦੀ ਸਜ਼ਾ ਦੀ ਜਿਹੜੀ ਪਟੀਸ਼ਨ ਸੀਗੀ ਉਹ ਰੱਦ ਹੋ ਗਈ ਹੈ, ਔਰ ਕਾਂਗਰਸ ਹਾਈਕਮਾਨ ਵੱਲੋਂ ਸੈਸ਼ਨ ਕੋਰਟ ਦੇ ਇਸ ਫੈਸਲੇ ਦੇ ਖਿਲਾਫ਼ ਜਿਹੜੀ ਪਟੀਸ਼ਨ ਹੈਗੀ ਆ ਉਹ ਹਾਈਕੋਰਟ ਦੇ ਵਿੱਚ ਪਾਈ ਜਾਊਗੀ। ਜੀ ਹਰਵਿੰਦਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਜਦੋਂ ਮਤਲਬ ਕਿ ਕੋਈ ਵੀ ਅਪਡੇਟ ਆਉਂਦੀ ਆ ਤਾਂ ਫਿਰ ਆਪਾਂ ਤੁਹਾਨੂੰ ਲਾਈਨ 'ਤੇ ਲੈਂਦੇ ਹਾਂ, ਤਦ ਤੱਕ ਦੇ ਲਈ ਬਹੁਤ ਬਹੁਤ ਧੰਨਵਾਦ। ਤੇ ਹੁਣ ਤੁਹਾਨੂੰ ਦੱਸ ਦਈਏ ਕਿ ਵੈਸੇ ਤਾਂ ਤੁਸੀਂ ਸੁਣ ਹੀ ਲਿਆ ਹੈ ਕਿ ਜਿਹੜਾ ਰਾਹੁਲ ਗਾਂਧੀ ਨੇ ਮਾਫੀਨਾਮਾ ਪਾਇਆ ਸੀਗਾ ਉਸਨੂੰ ਰੱਦ ਕਰ ਦਿੱਤਾ ਗਿਆ ਹੈ ਕੋਰਟ ਦੇ ਵੱਲੋਂ, ਪਰ ਲੇਕਿਨ ਹੁਣ ਉਹ ਅੱਗੇ ਹੋਰ ਮਾਫੀਨਾਮੇ ਦੀ ਜਿਹੜੀ ਅਪੀਲ ਆ ਹਾਈਕੋਰਟ ਦੇ ਵਿੱਚ ਕਰਨਗੇ, ਅੱਗੇ ਦੇਖਦੇ ਹਾਂ ਕਿ ਉਹ ਕੀ ਅਪਡੇਟ ਦਿੰਦੇ ਨੇ। ਤਦ ਤੱਕ ਦੇ ਲਈ ਮੈਨੂੰ ਵਿਸ਼ਾਨੀ ਭਾਰਦਵਾਜ ਨੂੰ ਦਿਓ ਇਜਾਜ਼ਤ ਤੇ ਬਣੇ ਰਹੋ ਹਰਜਸ ਟੀਵੀ ਦੇ ਨਾਲ। ਹਰਜਸ ਟੀਵੀ, ਹਰ ਥਾਂ ਹਰਜਸ।